अम्मा हजरा जिसने मेरी गल सुनी कि नहीं असमीर असलम पैदा हो छोटे ही है बिल्कुल छोटे ही है सब छोटे ही है हजरत इब्राहिम अलैहिस्सलाम है छुपा लिखा के उस बादशाह को खड़ के जिसे कहते काबतुल्ला है ना काबतुल्ला जिसे अब इजराम जिसो निकलिया इतने खड़ के हजरत इब्राहिम अलैहिस्सलाम रखिया और हजरत इब्राहिम हजरत इस्माइल अलैहिस्सलाम के जेड़े ऊंठ से खुशकी नाल जुड़े दे जुड़े दे जुड़े दे जुड़े दे हैं हूँ अम्मा हजरा कभी उधर जाती कभी उधर जाती कभी उस पहाड़ी से कभी उस पहाड़ी से किसी जगह से तेज दौड़नी किसी जगह से आस्था दौड़नी कभी इंज करके तकनी है पर पानी नहीं लभना ना 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 हूँ तुम उमरे से चले जाओ अज करने से चले जाओ जिस जगह तो अम्मा हजरा तेज दौड़िए बंदे तो तेज दौड़ना पैदा है जिस जगह तो आस्था दौड़िए उतो आस्था चलना पैदा है पूछो क्यों ये जड़ी अम्मा हजरा है अल्लाह की वली है वली है वली है अल्लाह जी वली है हैं अल्लाह अपनी वलिया दी कद कद काठ ने मेरी गल सुनी कि नहीं हैं ऐं ओ दौड़नी पई है नसनी पई है नाल ही नजर पई असमैल दी अड़ियां विचों पानी निकलना पिया हैं असमैल हजरत असमैल अलैहिस्सलाम दी अड़ियां विचों पानी निकलना पिया पानी 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 निकलना पिया ਐ ਜਿਹੜੇ ਪਾਣੀ ਚੁੱਕਿਆ ਆਣ ਕੇ ਜਿਹੜਾ ਇਹ ਜ਼ਮਜ਼ਮ ਆਖਣ ਨਾ ਜ਼ਮਜ਼ਮ 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 ਆਬੇ ਜ਼ਮਜ਼ਮ ਇਹ ਰੁਕੜੇ ਨੂੰ ਆਖਣ ਰੁਕੜੇ ਨੂੰ ਆ ਨਾ ਦੇ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਅਮਾ ਹਜ਼ਰਾ ਨਹੀਂ ਆਸਦੀ ਅੱਲਾ ਜਾਣੇ ਉਹ ਕਿਤਨਾ ਜੀ ਮੇਰੀ ਗੱਲ ਸੁਣੀ ਕਿ ਨਹੀਂ ਉਹ ਕਿਸ ਸਪੀਡੀ ਚ ਹੋਇਆ ਹੁਣ ਅੱਲਾ ਦਾ ਜਿਹੜਾ ਨਬੀ ਹੈ ਉਹ ਹੱਡੀਆਂ ਰਗੜੇ ਵੀ ਤੂੰ ਆਬੇ ਜ਼ਮਜ਼ਮ ਨਿਕਲਣਾ ਆਬੇ ਜ਼ਮਜ਼ਮ ਨਿਕਲਦਾ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਲਾ ਤਾਦਾਤ ਬੇਸਾਬਾ ਨਿਕਲਣਾ ਹੁਣ ਇਹ ਜਿਹੜਾ ਸਾਰਾ ਪਾਕਿਸਤਾਨ ਹੈ ਜਿਸ ਵਿੱਚ ਸੋਨੀਆ ਮਦੀਨਾ ਆਖਣੇ ਆ ਕਾਸ਼ ਇਸ ਨੂੰ ਇਤਨਾ ਤੇਲ ਇਹ ਵੀ ਤੁਹਾਨੂੰ ਮੈਂ ਦੱਸਾਂ ਇਹਨਾਂ ਨੂੰ ਨਹੀਂ ਪਤਾ ਹੋ ਸਕਦਾ ਪਤਾ ਹੋਵੇ ਵੀ ਇਹ ਜਿਹੜੀ ਗੱਲ ਤੁਹਾਨੂੰ ਤੁਹਾਡੇ ਅੱਗੇ ਮੈਂ ਕਰਨ ਲੱਗਾ ਇਹ ਦੋ ਭਾਰੀਆਂ ਦੋ ਭਾਰੀਆਂ ਦੇ ਦਰਮਿਆਨ ਵਿੱਚੋਂ ਇਤਨਾ ਤੇਲ ਨਿਕਲ ਸੀ ਇਤਨਾ ਤੇਲ ਨਿਕਲ ਸੀ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਸਾਰੇ ਮੁਲਕਾਂ ਚੋਂ ਤੇਲ ਖਤਮ ਹੋ ਰਿਹਾ ਸੀ ਪਾਕਿਸਤਾਨ ਦੇ ਤੇਲ ਨਹੀਂ ਖਤਮ ਹੋਣਾ ਨਾ ਨਾ ਇਹ ਜਿਹੜੇ ਅਰਬੀ ਨਾ ਅਰਬੀ ਇਹ ਤੇਲ ਤੋਂ ਪਹਿਲੇ ਸਾਰੇ ਡਾਕੂ ਸਨ ਸਾਰੇ ਕੀ ਸਨ ਡਾਕੇ ਮਾਰਦੇ ਸਨ ਇਹ ਗੁਜਰਾਤੋਂ ਲੋਕ ਨੰਗਦੇ ਸਨ ਨਾ ਕੋਈ ਦੋ ਨੰਬਰ ਗੱਲ ਨਹੀਂ ਕਰਦਾ ਜਿਹੜਾ ਬੰਦਾ ਇਹ ਗੱਲ ਆਖਿਆ ਕਿ ਟੀਚਰ ਸਾਹਿਬ ਗਲਤ ਆਖਿਆ ਇੱਕ ਹਜ਼ਾਰ ਦੋ ਹਜ਼ਾਰ ਰੁਪਏ ਮੇਰੇ 'ਤੇ ਜੁਰਮਾਨਾ ਪਾ ਛੋੜਿਓ ਬਾਅਦ ਵਿੱਚ ਮੈਨੂੰ ਦੱਸੇ ਕਹਿਣਾ ਜੀ ਗਲਤ ਗੱਲ ਆਖੀ ਆ ਇਹ ਗੁਜਰਾਤੋਂ ਗੱਡੀਆਂ ਗੁਜ਼ਰਦੀਆਂ ਸੀ ਲੋਕ ਆਵਾਜ਼ ਦਿੰਦੇ ਅਸੀਂ ਗੁਜਰਾਤ ਗੁਜਰਾਤ ਹੈ ਜੀ ਆ ਆਪਣੇ ਜੁੱਤੀਆਂ ਕੱਪੜਿਆਂ ਦਾ ਖਿਆਲ ਰੱਖਿਓ ਜੁੱਤੀਆਂ ਕੱਪੜਿਆਂ ਦਾ ਖਿਆਲ ਰੱਖਿਓ ਇਹ ਨਾ ਹੋਇਆ ਜੁੱਤੀਆਂ ਕੱਪੜੇ ਨੂੰ ਲੱਭਣੀਆਂ ਇਹ ਜਿਹੜੀਆਂ ਕੱਪੜੇ ਦੀਆਂ ਜਿਹੜੀਆਂ ਗੱਠਾਂ ਹੁੰਦੀਆਂ ਸੀ ਨਾ ਇਸ ਡੱਬੋ 'ਤੇ ਬੱਧਦੀਆਂ ਇਹ ਹੁਣ ਤਾਂ ਮਾਫੀਆ ਨਾ ਮਾਫੀਆ ਉਸ ਚੋਰ ਜਿਹੜੇ ਹੁੰਦੇ ਸੀ ਬੂਟੇ ਉੱਪਰ ਚੜੇ ਹੁੰਦੇ ਸੀ ਉੱਤੋਂ ਰੱਖ ਕੇ ਇੰਝ ਕੁੰਡੀ ਮਾਰਦੇ ਸਨ ਇੰਝ ਪੂਰੀ ਗਾਠੀ ਵੈਬ ਹੈ ਪੂਰੀ ਗਾਠੀ ਵੈਬ ਹੈ ਹੁਣ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨਾ ਉਹ ਇਹ ਹੈਗੀ ਇਹ ਜਿਹੜਾ ਪਾਕਿਸਤਾਨ ਹੈ ਮਾਸ਼ਾਅੱਲਾ 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 ਇਹ ਜਿਹੜੇ ਮਾਸ਼ਾਅੱਲਾ ਜ਼ਰਾ ਅੰਗੂਠੇ ਝੁੰਮੇ ਸਾਰੇ ਝੁੰਮੇ ਹੁਣ ਮੈਨੂੰ ਇਹ ਦੱਸੋ ਸੱਚੀ ਸੱਚੀ ਗੱਲ ਦੱਸਿਓ ਬਾਵਾ ਮੇਰੇ ਕੋਲ ਪੰਜ ਪੰਜ ਸੌ ਰੁਪਏ ਹਜ਼ਾਰ ਹਜ਼ਾਰ ਰੁਪਏ ਲੈ ਲਿਓ ਇਹ ਤੁਸਾਂ ਅੰਗੂਠੇ ਚੁੰਮਣੇ ਕਿਸ ਕੋਲੋਂ ਸਿੱਖਣ ਕਿਹਦੀ ਸੁਨਤ ਹੈ ਕਿਹਦਾ ਫਰਜ਼ ਹੈ ਜਿਸਲੇ ਇੱਧਰ ਮੇਰੀ ਗੱਲ ਸੁਣੀ ਗਿਆ ਇਹ ਜਿਹੜੇ ਅੰਗੂਠੇ ਚੁੰਮਣੇ ਨਾ ਅੰਗੂਠੇ ਚੁੰਮਣੇ ਜਿਹੜੇ ਅੱਲਾ ਪਾਕ ਸੁਣ ਇਹ ਬਾਬੇ ਆਦਮ ਦੀ ਪਿਸ਼ਾਨੀ ਅੰਦਰ ਨੂਰ ਰੱਖਿਆ ਔਰ ਇੱਕ ਤੁਹਾਨੂੰ ਮੈਂ ਝਗੜਾ ਇੱਕ ਰੁਪੜ ਹੋਰ ਮੁਕਾ ਦੇਵਾਂ ਜਰਾ ਇੱਧਰ ਆਉਣਾ ਦੋ ਮਿੰਟ ਇੱਧਰ ਆ ਜਾਓ ਦੋ ਮਿੰਟ ਆ ਮੈਂ ਤੱਕਣ ਉੱਥੋਂ ਮਜ਼ਾ ਵੀ ਆਇਆ ਕਿ ਨਹੀਂ ਆਇਆ ਇੱਥੇ ਆਓ ਸਿਚਣ ਦੇ ਰਾਜਰ ਸਾਹਿਬ ਥੋੜ੍ਹੀ ਜਿਹੀ ਹੈ ਗੋਲ ਤੱਕੀ ਨਹੀਂ ਟੈਸਲ ਵੀ ਦਿਓ ਹਾਂ ਇਹ ਗੱਲ ਤੁਹਾਨੂੰ ਜਿਹੜੀ ਗੱਲ ਹੁਣ ਤੁਹਾਨੂੰ ਦੱਸਣ ਲੱਗਾ ਬੜੀ ਵੱਡੀ ਗੱਲ ਹੈ ਵੱਡੀ ਵੱਡੀ ਨਿੱਕੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਆ ਮਾਸ਼ਾਅੱਲਾ ਕੀ ਗੱਲ ਆਖੀ ਸੀ ਮੈਂ
इधर मेरे को सुने के लिए इनका ब्लीज है ना ब्लीज सच्ची गल सच्ची बिल्कुल आरफे आहर ये जिसले मौला सैन नसीर कलम होया और मौला सैन नसीर जिले करबलाई कलम होया उस बाद नेजे चढ़िया जिसले नेजे पर लोगों ने कुरान मौला सैन सुन सीधा करना शुरू किया सीधा समझ लो किसो अपने मतलब जी गलतियां करते सन गलतियां लानी शुरू की थी है जिसले अबलीस सुन तो क्या काश मैं अगर यह पता हों कि इंसान यही शख्सियत भी है ऐसी शख्सियत भी है मैं कभी भी सजदे तो इनकार ना करता अबलीस इस गल का हजार कर चुके हैं हूँ अबलीस नाल होया के जिस गल हमें हजरत साहब ने बुला के इतने बिठाया इस नाल होया के रहा मिट्टी के चक्कर मिट्टी तो पानिया के चक्कर रहा यह जरा आदम है आदम आदम ये मिट्टी तो पानिया नाल बने ना पानिया नाल सवाल जवाब हो तू क्यों नहीं सजदा करता कह लगे मेरा अपना कीदा कहना कीदा तेरा वे अल्लाह पाक पूछता के कीदा तेरा आ मेरी तौहीद खतरे केड़ी तौहीद है दस ना केड़ी तौहीद कहना जी ये मिट्टी का मैं आप ही जो बढ़िया ना मैं अफजल हाँ ये ठीक नहीं है इस सिलसिले में सजदा नहीं किया आइए जिस वे मेरी गल सुनी कि नहीं जिस वे अल्लाह पाक सुनी इधर मेरी गल सुनी कि नहीं अल्लाह पाक सुन जिले सईदे की आखिरी पहले आदम अलैहिस्सलाम की पेशानी ऐ नबी पाक सल्लम का नूर ऐ पेशानी रख दिता उस समझ ही नहीं आई ये नूर है या मिट्टी है हां ये सच्ची गल है उसे समझ ही नहीं आई उस तक ही नहीं सकिया महसूस ही नहीं किया रोज आके वो जो बुत बनता सा मिट्टी का यह रोज आके भन के चला जाता तो बाद अल्लाह ताला सुन उस मामलात किया के मामलात किया है बाबे आदम की जी बुत सी उन्होंने धूनी चो मिट्टी कट के ही सट के कुत्ता बड़ा छुड़े ये बड़ा छुड़े कुत्ता बड़ा छुड़े कुत्ता कोल्टी करे जिसले आवे फूके नस जावे ये तो इंज करके मुकम्मल होया और एक चीज और भी है थानू ये भी पता है जरा गल होर ना सुने होर ना जेन बैठ रहे हो यह जो कुत्ता है ये जन्नत अंदर दाखिल होती